ਸਟੇਟ ਬੈਂਕ ਆਫ ਪਟਿਆਲਾ ਦਾ ਰਲੇਵਾਂ 1 ਅਪ੍ਰੈਲ 2017 ਨੂੰ ਭਾਰਤੀ ਸਟੇਟ ਬੈਂਕ ਵਿੱਚ ਹੋਇਆ ਸੀ। ਇਸ ਬੈਂਕ ਦੀ ਵਿਰਾਸਤ 100 ਸਾਲ ਪੁਰਾਣੀ ਹੈ। ਇਸੇ ਵਿਰਾਸਤ ਅਤੇ ਧਰੋਹਰ ਨੂੰ ਸੰਭਾਲ ਕੇ ਰੱਖਣ ਲਈ ਭਾਰਤੀ ਸਟੇਟ ਬੈਂਕ ਪ੍ਰਸ਼ਾਸਨਿਕ ਦਫ਼ਤਰ ਪਟਿਆਲਾ ਵਿੱਚ ਸਟੇਟ ਬੈਂਕ ਆਫ ਪਟਿਆਲਾ ਧਰੋਹਰ ਗੈਲਰੀ ਦਾ ਨਿਰਮਾਣ ਕੀਤਾ ਗਿਆ। ਇਸ ਗੈਲਰੀ ਵਿੱਚ ਬੀਤੇ 100 ਸਾਲਾਂ ਦੀਆਂ ਬੈਂਕ ਨਾਲ ਜੁੜੀਆਂ ਸਾਰੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਆ ਗਿਆ। ਇਸ ਗੈਲਰੀ ਦਾ ਉਦਘਾਟਨ 7 ਅਪ੍ਰੈਲ ਨੂੰ ਅਨਿਲ ਕਿਸ਼ੋਰ, ਮੁੱਖ ਮਹਾਪ੍ਰਬੰਧਕ ਨੇ ਆਪਣੇ ਘਰ ਕਮਲਾਂ ਨਾਲ ਕੀਤਾ। ਇਹ ਜੋ ਸਟੇਟ ਬੈਂਕ ਆਫ ਪਟਿਆਲਾ ਹੈ, ਇਹ ਪ੍ਰਿੰਸਲੀ ਬੈਂਕ ਥਾ ਔਰ ਕਾਫੀ ਬੜਾ ਬੈਂਕ ਥਾ, ਬਹੁਤ ਪੁਰਾਣਾ ਬੈਂਕ ਹੈ। ਇਸਕਾ ਵੀ ਜੋ ਹੈਰੀਟੇਜ ਹੈ ਉਹ ਯਹਾਂ ਕੇ ਰਿਆਸਤ ਸੇ ਜੁੜਾ ਹੁਆ ਹੈ, ਪ੍ਰਿੰਸਲੀ ਸਟੇਟ ਸੇ ਜੁੜਾ ਹੁਆ ਹੈ। ਤੋ ਸਟੇਟ ਬੈਂਕ ਆਫ ਇੰਡੀਆ ਕੀ ਫੈਮਿਲੀ ਮੇਂ ਅਬ ਯਹ ਸ਼ਾਮਿਲ ਹੋ ਗਿਆ ਔਰ ਇਸੀ ਵਜ੍ਹਾ ਸੇ ਹਮਨੇ ਉਨਕੀ ਜੋ ਵਿਰਾਸਤ ਮੇਂ ਹੈ, ਹਿਸਟੋਰੀਕਲ ਇਨਕੇ ਰਿਕਾਰਡਸ ਹੈ, ਉਨਕੇ ਲੀਏ ਇੱਕ ਹੈਰੀਟੇਜ ਗੈਲਰੀ ਬਣਾਈ ਜਿਸਸੇ ਕਿ ਹਮ ਸਭੀ ਸੇ ਦੇਖ ਸਕੇ। ਔਰ ਇਸਮੇਂ ਅਗਰ ਆਪ ਦੇਖੇਂਗੇ ਤੋ ਬੈਂਕਿੰਗ ਕਾ ਇਤਿਹਾਸ ਕੈਸੇ ਚੇਂਜ ਹੁਆ ਹੈ, ਕਿਸ ਤਰ੍ਹਾਂ ਸੇ ਪਹਿਲੇ ਕਾਮ ਹੋਤਾ ਥਾ, ਅਭੀ ਕੈਸਾ ਹੋ ਰਹਾ ਹੈ, ਸਾਰਾ ਦਿਖੇਗਾ। ਔਰ ਮੁਝੇ ਪੂਰੀ ਉਮੀਦ ਹੈ ਕਿ ਇਸਸੇ ਹਮਾਰੀ ਜੋ ਨਈ ਜਨਰੇਸ਼ਨਸ ਹੈ, ਬੱਚੇ ਹੈ ਔਰ ਲੋਕ ਆਏਂਗੇ ਦੇਖੇਂਗੇ ਤੋ ਯੇ ਹੈਰੀਟੇਜ ਔਰ ਹਿਸਟੋਰੀਕਲ ਜੋ ਇਨਸਾਈਟ ਹੈ ਉਨਕੋ ਮਿਲੇਗਾ, ਵੋ ਬਹੁਤ ਖੁਸ਼ ਹੋਂਗੇ ਔਰ ਇਸਸੇ ਹਮ ਸਭੀ ਇੰਸਪਾਇਰਡ ਹੋ ਕਰਕੇ ਬਿਹਤਰ ਕਾਮ ਕਰ ਪਾਏਂਗੇ। ਸਟੇਟ ਬੈਂਕ ਆਫ ਇੰਡੀਆ ਕੀ ਫਾਊਂਡੇਸ਼ਨ ਕਬ ਹੋਈ? ਸਟੇਟ ਬੈਂਕ ਆਫ ਇੰਡੀਆ ਕਾ ਫਾਊਂਡੇਸ਼ਨ ਤੋ ਐਸਾ ਹੁਆ ਕਿ ਪਹਿਲੇ ਬੈਂਕ ਆਫ ਬੰਗਾਲ ਕਲਕੱਤਾ ਪ੍ਰੈਸੀਡੈਂਸੀ ਬੈਂਕਸ ਬਣੇ, 1806 ਸੇ ਸ਼ੁਰੂਆਤ ਹੋਈ। 1921 ਮੇਂ ਹਮ ਇੰਪੀਰੀਅਲ ਬੈਂਕ ਆਫ ਇੰਡੀਆ ਬਣ ਗਏ, ਫਿਰ 1955 ਮੇਂ ਸਟੇਟ ਬੈਂਕ ਆਫ ਇੰਡੀਆ ਐਕਟ 1955 ਬਣਾ, ਤੋ ਉਸਸੇ ਹਮ ਸਟੇਟ ਬੈਂਕ ਆਫ ਇੰਡੀਆ ਹੋ ਗਏ। ਪ੍ਰਾਊਡ ਫੀਲ ਕਰਤੇ ਹੈ ਕਿ ਸਟੇਟ ਬੈਂਕ ਆਫ ਪਟਿਆਲਾ ਮੇਂ ਮਰਜਰ ਕੇ ਬਾਅਦ ਗੈਲਰੀ ਕੀ ਜੋ ਸ਼ੁਰੂਆਤ ਕੀ ਹੈ ਨਾ, ਵੀ ਇਸਸੇ ਇੱਕ ਚੇਂਜਸ ਕੀ ਲੋਗੋਂ ਕੋ ਪਤਾ ਲਗੇਗਾ जी। और इसको आप देखेंगे तो पहले के जैसे इसमें सील पड़े हैं, पहले के मुहर लगी हुई हैं, चाबियां हैं, लॉकर्स हैं, कॉइन बॉक्सेस हैं, तो किस तरह से लोग काम करते थे पहले, ब्रांच के फोटोग्राफ्स हैं, बाहर बैठ करके कर रहे हैं। आर्म्स एक्ट से एक लेटर रखा हुआ है जिसमें एग्जेम्प्टेड थे ब्रांच मैनेजर्स, तो ये लोग एक तरह से सोसाइटी के वेल्थ के कस्टोडियन थे, ये देखने को मिलेगा। आइडिया कहाँ से है गैलरी? दिस इज़ द फर्स्ट टाइम मेरे ख्याल से भी, शायद ये फर्स्ट टाइम है गैलरी का जो है। ये तो पहली बार मर्जर हुआ स्टेट बैंक ऑफ पटियाला का हमारे साथ, गैलरी की बात कर रहा हूँ जी। तो जब मर्जर हुआ तो हमने कहा कि धीरे धीरे हम लोग इस विरासत को लूज नहीं कर जाएं, इसलिए डिफरेंट ब्रांचेस से फोटोग्राफ्स, रिकॉर्ड्स, आर्टिफैक्ट्स, फोटोग्राफ्स उनको कलेक्ट करके एक जगह रखी जाए जिससे कि आकर लोग देख सकें। पटियाला भी बहुत सफर देगा, भी स्टेट बैंक पहला मर्जर हो गया तो स्टेट बैंक पहला खत्म हो गया ना, रियासत नहीं खत्म नहीं हुआ। क्या है ये इसी का ग्रोथ बहुत अच्छा इनिशिएटिव। आई एम सो थैंकफुल टू यू। और स्टेट बैंक ऑफ पटियाला तो हमेशा ही जो उनका जो प्रिंसली हेरिटेज है उससे स्टेट बैंक ऑफ इंडिया और एनरिच होगा और बेहतर काम करेगा। एम्प्लॉइज का बहुत अच्छा उपराला है ਕਿਉਂਕਿ ਜਦੋਂ ਇੱਕ ਬੈਂਕ ਦੂਜੀ ਬੈਂਕ 'ਚ ਮਰਜ ਹੁੰਦੀ ਹੈ ਉਹਦਾ ਇੱਕ ਪਿੱਛੇ ਇੱਕ ਵਿਰਾਸਤ ਹੁੰਦੀ ਹੈ, ਇੱਕ ਹੈਰੀਟੇਜ ਹੁੰਦਾ। ਕਈ ਵਾਰੀ ਕੀ ਹੁੰਦਾ ਕਿ ਮਾਰਕੀਟ ਦੇ ਵਿੱਚ ਮਰਜਿੰਗ ਹੋਈ ਹੈ, ਟੇਕ ਓਵਰ ਮਰਜਿੰਗ, ਮਾਰਕੀਟ ਦਾ ਨੋਰਮਲ ਦਾ ਇੱਕ ਨਿਰਣਾ ਹੈ, ਪਰ ਮੈਨੂੰ ਲੱਗਦਾ ਵੀ ਪਹਿਲੀ ਵਾਰ ਹਿਸਟਰੀ 'ਚ ਹੋਇਆ ਹੋਏਗਾ ਵੀ ਦੋ ਬੈਂਕਸ ਮਰਜ ਹੁੰਦੇ ਹਨ, ਅਤੇ ਇਸ ਜਿਹੜੀ ਨਵੀਂ ਮਦਰ ਬੈਂਕ ਹੈ ਉਸਨੇ ਜਿਹੜੀ ਉਹਦੀ ਮਰਜ ਹੋਈ ਬੈਂਕ ਉਹਦੇ ਹੈਰੀਟੇਜ ਨੂੰ ਸਮਾਨ ਦਾ ਉਪਰਾਲਾ ਕੀਤਾ, ਅਤੇ ਕਿਉਂਕਿ ਇਹਦੇ ਨਾਲ ਪਟਿਆਲਾ ਰਿਆਸਤਾਂ ਅਤੇ ਬਾਕੀ ਰਿਆਸਤਾਂ ਦਾ ਨਾਂ ਜੁੜਿਆ ਹੋਇਆ, ਇਹ ਜਿਹੜੀ ਗੈਲਰੀ ਹੈ ਸਾਨੂੰ ਵਾਰ ਵਾਰ ਇਸ ਚੀਜ਼ ਦੀ ਯਾਦ ਦਿਲਾਏਗੀ ਕਿ ਕਿੱਦਾਂ ਅਸੀਂ ਇਵੋਲਵ ਹੋਏ ਐਜ਼ ਏ ਬੈਂਕ, ਇਵੋਲਵ ਹੋ ਕੇ ਕਿੱਦਾਂ ਅਸੀਂ ਬਹੁਤ ਸਿਰਕਟ ਬੈਂਕ ਬਣੇ ਇੰਡੀਆ ਦੇ, ਅਤੇ ਇਸ ਸਿਰਕਟ ਬੈਂਕ ਹੋਣ ਦੇ ਨਾਲ ਨਾਲ ਫਿਰ ਅਸੀਂ ਜਦੋਂ ਐਸ ਬੀ ਆਈ 'ਚ ਆਉਂਦੇ ਹਾਂ ਤਾਂ ਸਾਡਾ ਜਿਹੜਾ ਇਤਿਹਾਸ ਹੈ, ਹੈਰੀਟੇਜ ਹੈ, ਹਮੇਸ਼ਾ ਹੀ ਗਿਆਨ ਵੀ ਰਹੇਗਾ। ਇਹ ਬਹੁਤ ਅੱਛਾ ਉਪਰਾਲਾ ਹੈ ਅਪ ਟੂ ਰੀਵਿਜ਼ਿਟ ਵੈਨ ਇਟ ਸਟਾਰਟਡ, ਕਿੱਦਾਂ ਮਹਾਰਾਜਾ ਦੀ ਫੈਮਿਲੀ ਨੇ ਇਹਨਾਂ ਨੂੰ ਇਨੀਸ਼ੀਏਟਿਵ ਲਿਆ, ਬੈਂਕ ਬਣੀ, ਜਗ੍ਹਾ ਦਿੱਤੀ, ਸਾਰਾ ਕੁਛ ਉਹਨਾਂ ਦੀ ਬਦੌਲਤ ਇਹ ਹੋਇਆ। ਅਤੇ ਹੁਣ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਮਰਜਿੰਗ ਐਂਡ ਮਰਜਿੰਗ ਇਜ਼ ਏ ਨੋਰਮਲ ਐਕੁਜੀਸ਼ਨ, ਮਰਜਿੰਗ ਇਜ਼ ਬਟ ਇਟਸ ਅ ਵਿਨ ਵਿਨ ਸਿਚੁਏਸ਼ਨ, ਇਟਸ ਅ ਵਿਨ ਵਿਨ ਸਿਚੁਏਸ਼ਨ, ਬੋਥ ਬੈਂਕਸ ਆਰ ਮਸਟ ਵਿਦ ਵਿਦ ਵਿਦ
with consent rather than market it. They were making friendly merger. We are all proud of it. मैं सिर्फ एक personal अपना experience और share करना चाहूँगा. Life के बीच ये तो मैं पहला bank देखे हूँ, State Bank of Patiala सिगारे का था, उदित राज से. ये तो मैं bank के account खेल रहा हूँ, State Bank of India सिगा चंडीगढ़. इस करके मैं दोनों bank का दिनाल different तरह था. वो है क्या, एक bank तो मैं पहली बार देखे हूँ, bank दूसरा ये भी कि मैं पहली बार अकाउंट खोलिया, दोनों मर्जी खोलिया, तो मैनू इलाज बहुत अच्छी सीखी. पटियाला बाकी जिन्हें भी रियासी स्टेट ने उन्होंने उस चीज़ का प्राउड महसूस करना चाहता भी नाउ वी आर पार्ट ऑफ पैन इंडिया, नॉट ओनली पैन इंडिया, अदर इंटरनेशनल बैंक बिकॉज एस बी आई हैज ब्रांचेज इन हांगकॉन्ग, हैज ब्रांचेज इन नॉर्थ अमेरिका एंड यूरोप. आई थिंक दे हैव बिकम पार्ट ऑफ अ बिगर बड़े परिवार का पार्ट. ਪਟਿਆਲਾ ਤੋਂ ਜਗਜੀਤ ਸੱਗੂ ਦੀ ਰਿਪੋਰਟ, ਏਟੀਵੀ ਨਿਊਜ਼. ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ.